ਵਾਹਿਗੁਰੂ ਜੀ ਕੀ ਫਤਿਹ ਜੀ। ਲੈ ਵੀ ਜੋ ਦਿਓ ਉਹ ਘੜੀ ਉਹ ਪਲ ਉਹ ਦਿਨ ਆ ਗਿਆ ਜਿਹਦਾ ਆਪਾਂ ਨੂੰ ਬੜੀ ਬੇਸਬਰੀ ਨਾਲ ਇੰਤਜ਼ਾਰ ਸੀ, ਬੜੇ ਲੰਮੇ ਸਮੇਂ ਤੋਂ ਸਾਰਿਆਂ ਨੇ ਰਲ ਮਿਲ ਕੇ ਆਪਾਂ ਮਿਹਨਤ ਕੀਤੀ ਆ। ਸੋ ਚੰਦ ਘੰਟੇ ਬਚੇ ਆ, ਸੋ ਇਹਨਾਂ ਚੰਦ ਘੰਟਿਆਂ ਦੇ ਵਿੱਚ ਪੂਰੀ ਮਿਹਨਤ ਡਟ ਕੇ ਕਰ ਦਿਓ ਤੇ ਕੁਛ ਗੱਲਾਂ ਜਿਹੜੀਆਂ ਚੇਤੇ ਰੱਖਿਓ, ਚੇਤੇ ਰੱਖਣੀਆਂ ਵੀ ਆ ਤੇ ਚੇਤੇ ਕਰਾਉਣੀਆਂ ਵੀ ਆ। ਚੇਤੇ ਕਰਾਇਓ ਲੋਕਾਂ ਦੇ ਤੇ ਚੇਤੇ ਰੱਖਿਓ ਕਿ 1 ਜੂਨ 84 ਨੂੰ ਦਰਬਾਰ ਸਾਹਿਬ ਨੂੰ ਘੇਰਾ ਪੈਂਦਾ, 6 ਜੂਨ ਤੱਕ ਘਾਣ ਹੁੰਦਾ, ਹਜ਼ਾਰਾਂ ਨੌਜਵਾਨ ਬੀਬੀਆਂ ਬੱਚੇ ਬਜ਼ੁਰਗ ਮਾਰੇ ਜਾਂਦੇ ਆ, ਦਰਬਾਰ ਸਾਹਿਬ ਦੀ ਪ੍ਰਕਰਮਾ ਖੂਨ ਨਾਲ ਲਥਪਥ ਹੁੰਦੀ ਹੈ, ਖਾਲਸਾ ਨੂੰ ਢਾਇਆ ਜਾਂਦਾ ਟੈਂਕਾਂ ਤੋਪਾਂ ਦੇ ਨਾਲ। ਖੂਨੀ ਪੰਜਾ ਚੇਤੇ ਰੱਖਿਓ, ਚੇਤੇ ਰੱਖਿਓ 1 ਜੂਨ 2015 ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੁੰਦੀ ਹੈ, ਸਰਕਾਰ ਹੁੰਦੀ ਹੈ ਬਾਦਲਾਂ ਦੀ, ਗੁਰੂ ਦੇ ਅੰਗ ਰੂੜੀਆਂ ਦੇ ਰੋਲੇ ਜਾਂਦੇ ਨੇ, ਗਲੀਆਂ 'ਚ ਖੰਡਾਏ ਜਾਂਦੇ ਨੇ। ਚੇਤੇ ਰੱਖਿਓ ਇਹ ਜੋ ਸਾਡੇ ਨੌਜਵਾਨ ਸਮੇਂ ਦੀ ਸਰਕਾਰ ਵੱਲੋਂ ਡਿਬਰੂਗੜ੍ਹ ਦਿੱਤੇ ਜਾਂਦੇ, ਇਹ ਗੱਲਾਂ ਭੁੱਲਣਾ ਜਾਵੇ। ਆਪਾਂ ਦੀ ਯਾਦ ਸ਼ਕਤੀ ਬਹੁਤ ਕਮਜ਼ੋਰ ਹੈ, ਬਹੁਤ ਛੇਤੀ ਭੁੱਲਦੇ ਹਾਂ। ਆਹ ਤੁਹਾਨੂੰ ਹੋਰ ਵੀ ਕੁਛ ਮੈਂ ਗੱਲਾਂ ਜਿਹੜੀਆਂ ਉਹ ਤੁਹਾਡੇ ਧਿਆਨ 'ਚ ਲਿਆ ਦਿੰਦਾ, ਤੁਹਾਡੇ ਜਿਹਨ ਦੇ ਵਿੱਚ ਇਹ ਗੱਲਾਂ ਆ। ਉਹ ਮਾਵਾਂ ਦਾ ਆਓ ਮਾਵਾਂ ਦੀ ਇਹ ਇੱਕ ਮਾਂ ਦੀ ਕਹਾਣੀ ਨੀ, ਮੈਂ ਜਿੰਨੇ ਪਿੰਡਾਂ 'ਚ ਗਿਆ ਤੁਹਾਨੂੰ ਹਰ ਪਿੰਡ ਦੀ ਕਹਾਣੀ ਮੈਂ ਸੁਣਾ ਸਕਦਾ, ਮੇਰੇ ਕੋਲ ਕੈਮਰੇ 'ਚ ਇਹ ਮੌਜੂਦ ਨੇ ਘਟਨਾਵਾਂ ਸਾਰੀਆਂ। ਤਿੰਨਾਂ ਮਹੀਨਿਆਂ ਦੇ ਕਬੱਡੀ ਦੇ ਪਲੇਅਰ ਚਿੱਟੇ ਨਾ ਮਰੇ, ਆਹ ਮਾਂ ਦਾ ਵੀ ਸੁਣ ਲਓ। ਹਾਂ ਸੁਣ ਲਿਓ, ਮੇਰੇ ਕੋਲ ਮੈਂ 650 ਪਿੰਡ 'ਚ ਗਿਆ ਬਾਈ, ਹਰ ਪਿੰਡ ਦੀ ਕਹਾਣੀ ਆ। ਵੈਸੇ ਤਾਂ ਇਹ 13,000 ਪੰਜਾਬ ਦਾ ਪਿੰਡ ਆ, ਹਰ ਪਿੰਡ ਹਰ ਘਰ ਦੀ ਕਹਾਣੀ ਹੈ। ਆਹੀ ਮਾਵਾਂ ਦਾ ਕਰਲਾਪ ਆ, ਆਹੀ ਮਾਵਾਂ ਦੀ ਕਹਾਣੀ ਹੈ। ਕਿਸੇ ਦੇ 2 ਮਰ ਗਏ, ਕਿਸੇ ਦਾ 1 ਸੀ ਕੋਈ ਮਰ ਗਿਆ, ਕਿਸੇ 3-3 ਵੀ ਮਰੇ ਨੇ, ਘਰ ਸੁੰਨੇ ਹੋ ਗਏ ਬਾਈ, ਭੁੱਖਾਂ ਚਲ ਗਈ, ਇਹਦੇ ਜ਼ਿੰਮੇਵਾਰ ਕੌਣ? ਇਹ ਚੇਤੇ ਰੱਖਿਆ, ਜ਼ਿੰਮੇਵਾਰ ਇਕੱਲਾ ਆਹ ਮੌਜੂਦਾ ਝਾੜੂ ਵਾਲੇ ਨਹੀਂ ਹੈਗੇ, ਬੂਟੇ ਲਾਉਣ ਵਾਲਾ ਇੱਥੇ, ਜੜਾਂ ਲਾਉਣ ਵਾਲੀਆਂ, ਇਹਦਾ ਬਾਦਲ ਪਰਿਵਾਰ।
ਉਹਨਾਂ ਦੇ ਰਾਜ ਚ ਇਹਦਾ ਇਹਦੀ ਜੜ ਲੱਗੀ ਚਿੱਟੇ ਨੂੰ, ਤੇ ਇਹ ਚਿੱਟੇ ਨੂੰ ਆਉਣ ਵਾਲੇ ਸਮੇਂ ਚ ਪਾਣੀ ਪਾ ਕੇ ਉਹਨੂੰ ਖੁਰਾਕ ਪਾ ਕੇ ਇਹਨੂੰ ਵਧਾਇਆ ਕਿਹਨੇ ਸੀ? ਕਾਂਗਰਸ ਨੇ, ਜਿਹਨੇ ਸਹੁੰ ਖਾਧੀ ਸੀਗੀ ਗੁਟਕਾ ਸਾਹਿਬ ਦੀ ਕੈਪਟਨ ਨੇ, ਉਹਨਾਂ ਦੇ ਰਾਜ ਚ ਵਧਿਆ। ਅੱਜ 26 ਮਹੀਨਾ ਇਹਦਾ ਆਪਤੀ ਹੋ ਗਈ ਕਿ ਕਈ ਗੁਣਾ ਵੱਧ ਗਿਆ ਤੇ ਮੁੰਡੇ ਨੌਜਵਾਨ ਮਰਨਾ। ਚੇਤੇ ਰੱਖਿਓ ਬਾਈ ਇਹਨਾਂ ਚੀਜ਼ਾਂ ਨੂੰ, ਜੇ ਅਸੀਂ ਭੁੱਲਣਾ ਸਾਨੂੰ ਭੁੱਲਣ ਦੀ ਆਦਤ ਉਹੀ ਗੱਲ ਆ ਕਿ ਅਸੀਂ ਹੁਣ ਆਹ ਸਾਰੀਆਂ ਗੱਲਾਂ ਅਸੀਂ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ, 84 ਦੀ ਘਟਨਾ, ਜਿੰਨਾ ਘਾਣ ਹੋਇਆ ਪੰਜਾਬ ਦੇ ਨਾਲ, NSA ਲੱਗੀਆਂ, ਡਿਬਰੂਗੜ੍ਹ ਸੁੱਟੇ ਗਏ ਮੁੰਡੇ, ਸਾਰੇ ਮੁੱਦੇ ਭੁਲਾ ਕੇ ਮੈਂ ਪਾਰਟੀਆਂ 'ਚ ਫਸ ਕੇ ਖੜ ਜਾਊਂਗੇ ਵੀ ਅਸੀਂ ਅਕਾਲੀ ਹਾਂ, ਅਸੀਂ ਕਾਂਗਰਸੀ ਹਾਂ, ਝਾੜੂ ਵਾਲੇ ਹਾਂ, ਪਾਸੇ ਵਾਲੇ। ਇਹ ਜਿਹੜੀ ਅੱਗ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ, ਲੱਗੀ ਹੋਈ ਹੈ ਲੰਮੇ ਸਮੇਂ ਤੋਂ ਲੈ ਕੇ ਪੰਜਾਬ ਦੇ ਚਿੱਟਿਆਂ ਦੇ ਰੂਪ 'ਚ, ਪ੍ਰਵਾਸ ਦੇ ਰੂਪ 'ਚ, ਤੁਹਾਡੀ ਵੋਟੀ ਨੂੰ ਖਤਮ ਕਰਨ ਦੇ ਰੂਪ 'ਚ, ਤੁਹਾਡੀ ਕਿਸਾਨੀ ਨੂੰ, ਤੁਹਾਡੇ ਮਜ਼ਦੂਰਾਂ ਨੂੰ ਖਤਮ ਕਰਨ ਦੇ ਰੂਪ 'ਚ ਇਹ ਤੇਜ਼ੀ ਨਾਲ ਤੁਹਾਡੇ ਘਰਾਂ ਵੱਲ ਵੱਧ ਰਹੀ ਹੈ। ਜੇ ਅੱਜ ਵੀ ਨਾ ਜਾਗੇ, ਅੱਜ ਵੀ ਨਾ ਉੱਠੇ, ਇਹ ਅੱਗ ਨੂੰ ਕਾਬੂ ਨਾ ਕੀਤਾ, ਇਹ ਤੁਹਾਡੇ ਸਾਰੇ ਪੰਜਾਬ ਦੇ ਘਰ ਫੂਕ ਕੇ ਤਬਾਹ ਕਰ ਪੰਜਾਬ। ਵਾਰ ਵਾਰ ਮੌਕਾ ਨਹੀਂ ਮਿਲਣਾ, ਆ ਹੋਰ ਵੀ ਦੇਖ, ਹੋਰ ਵੀ ਇਹਨਾਂ ਨੂੰ ਪਾ ਦਿਓ ਵੋਟਾਂ, ਸੁਣ ਲਿਓ ਇਹਨਾਂ ਦੀਆਂ ਕਰਤੂਤਾਂ, ਹੋਰ ਵੀ ਤੁਹਾਨੂੰ ਸੁਣਾ ਦਿੰਦਾ, ਆ ਸੁਣ ਲਿਓ। ਅਸੀਂ ਕਿਸੇ ਮਨੁੱਖਤਾ ਦੇ ਖਿਲਾਫ ਨਹੀਂ, ਸਾਡਾ ਧਰਮ, ਸਾਡੇ ਸਿਧਾਂਤ, ਸਾਡੀ ਵਿਚਾਰਧਾਰਾ ਕਿਸੇ ਦੇ ਖਿਲਾਫ ਸਾਨੂੰ ਜਾਣ ਦੀ ਆਗਿਆ ਨਹੀਂ। ਸੋ ਪਰ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਦਾ ਮਜ਼ਦੂਰ ਭੁੱਖਾ ਮਰ ਰਿਹਾ, ਸਾਡਾ ਪੰਜਾਬ ਦਾ ਮਜ਼ਦੂਰ ਸੜਕਾਂ 'ਤੇ ਆ ਗਿਆ, ਸਾਡਾ ਪੰਜਾਬ ਦਾ ਮਜ਼ਦੂਰ ਬਿਲਕੁਲ ਖਤਮ ਹੋ ਚੁੱਕਿਆ। ਸਾਡੇ ਪੰਜਾਬ ਦੇ ਮਜ਼ਦੂਰਾਂ ਦਾ ਜਿਹੜਾ ਕੰਮ ਹੈ ਪਹਿਲ ਦੇ ਆਧਾਰ ਦੇ ਉੱਤੇ ਪੰਜਾਬੀਆਂ ਨੂੰ ਮਿਲਣਾ ਚਾਹੀਦਾ, ਸਾਡੀ ਇਹ ਮੰਗ ਹੈ। ਸਾਡੀਆਂ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਨੂੰ ਮਿਲਣੀਆਂ ਚਾਹੀਦੀਆਂ, ਸਰਕਾਰੀ ਹੈ ਜਾਂ ਪ੍ਰਾਈਵੇਟ, ਫੈਕਟਰੀਆਂ, ਕਾਰਖਾਨੇ, ਸ਼ੈਲਰ, ਭੱਠੇ ਲੱਗਦੇ ਪੰਜਾਬ ਦੀ ਧਰਤੀ ਦੇ, ਟੋਲ ਪਲਾਜ਼ੇ, ਜ਼ਮੀਨਾਂ ਸਾਡੀਆਂ ਰੁਕ ਰਹੀਆਂ ਨੇ, ਧਰਤੀ ਸਾਡੀ ਚਾਹੀਦੀ ਹੋ ਰਹੀ ਹੈ, ਹਵਾ ਸਾਡੀ ਚਾਹੀਦੀ ਹੋ ਰਹੀ ਹੈ, ਪਰ ਨੌਕਰੀਆਂ ਸਾਡਿਆਂ ਨੂੰ ਕੱਢ ਕੇ ਬਾਹਰ ਲੈਣ ਦਿੱਤੀਆਂ। ਅਸੀਂ ਇਸ ਗੱਲ ਦੇ ਖਿਲਾਫ਼, ਅਸੀਂ ਇਸ ਗੱਲ ਦੇ ਖਿਲਾਫ਼ ਹਾਂ ਕਿ ਭਗਵੰਤ ਮਾਨ ਕਹਿੰਦਾ ਮੈਂ 43,000 ਨੌਕਰੀ ਦਿੱਤੀ, ਪਰ ਅੱਧੋਂ ਵੱਧ ਜਾਣੇ ਬਾਹਰਲੇ ਸੂਬਿਆਂ ਦੇ ਕਿਉਂ ਭਰਤੀ ਕੀਤੇ ਗਏ? ਸਾਡੇ ਮੁੰਡੇ ਕੁੜੀਆਂ ਟੈਂਕੀਆਂ 'ਤੇ ਚੜ੍ਹ ਕੇ ਸੰਘਰਸ਼ ਕਰਦੇ ਆ, ਸੜਕਾਂ 'ਤੇ ਰੁਲਦੇ ਨੇ, ਵਿਚਾਰੇ ਜ਼ਹਿਰਾ ਖਾ ਕੇ ਕਈ ਤਾਂ ਮਰ ਗਏ। ਅੱਜ ਇਸ ਗੱਲ ਦੇ ਖਿਲਾਫ਼ ਕਿ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਪਹਿਲ ਨਹੀਂ ਮਿਲਣੀ ਅਤੇ ਪੰਜਾਬੀਆਂ ਨੂੰ ਪਹਿਲ ਮਿਲਣੀ। ਸੋ ਇਸ ਕਰਕੇ ਬਾਈ ਬੇਨਤੀ ਆ, ਚੇਤੇ ਰੱਖਿਓ। ਕੱਲ੍ਹ ਹੋਰ ਕਹਿਣਾ ਨਹੀਂ ਚਾਹੁੰਦਾ, ਝੋਨਾ ਲੱਗਣਾ ਹੁਣ ਹੱਥ ਬੰਨ ਕੇ ਸਾਰਿਆਂ ਨੂੰ ਬੇਨਤੀ ਆ, ਪਹਿਲ ਦੇ ਆਧਾਰ ਦੇ ਉੱਤੇ ਝੋਨਾ ਜਿਹੜਾ ਉਹ ਆਪਣੇ ਬੰਦਿਆਂ ਤੋਂ ਲਵਾਇਆ, ਕੰਮ ਰੁਜ਼ਗਾਰ ਆਪਣੇ ਮਜ਼ਦੂਰਾਂ ਵਿੱਚ, ਉਹ ਵਿਚਾਰੇ ਬਿਲਕੁਲ ਅੱਗੇ ਮਾੜਾ ਮੋਟਾ ਕੰਮ ਮਿਲ ਜਾਂਦਾ ਸੀਗਾ, ਹੁਣ ਨਰੇਗਾ ਵਾਲਾ ਕੰਮ ਵੀ ਬੰਦ ਹੋ ਜਾਂਦਾ।
ਇਸ ਕਰਕੇ ਤਰਜੀਹ ਪਹਿਲ ਹਰ ਕੰਮ ਦੇ ਵਿੱਚ ਪੰਜਾਬ ਦੇ ਲੋਕੋ ਆਪਣੇ ਭਰਾਵਾਂ ਨੂੰ ਦਿਓ, ਆਪਣੇ ਭਾਈਚਾਰੇ ਨੂੰ ਪਹਿਲ ਦਿਓ। ਮੈਂ ਫਿਰ ਕਹਿਣਾ, ਅਸੀਂ ਇਹ ਕਹਿਣਗੇ ਜੀ ਨਫ਼ਰਤ ਫੈਲਾਉਂਦੇ ਨੇ ਜੀ ਕਿਸੇ ਦੇ ਖਿਲਾਫ਼ ਨੇ, ਅਸੀਂ ਕੋਈ ਨਫ਼ਰਤਵਾਦੀ ਨਹੀਂ ਹੈਗੇ ਕਿਸੇ ਦੇ ਖਿਲਾਫ਼ ਨਹੀਂ ਹੈਗੇ। ਸਾਡਾ ਪਹਿਲਾ ਧਰਮ ਪੰਜਾਬ, ਸਾਡੀ ਪੰਜਾਬੀਅਤ, ਸਾਡੇ ਆਪਣੇ ਲੋਕ। ਹਰ ਬੰਦਾ ਸੋਚਦਾ, ਕਿਹੜਾ ਬੰਦਾ ਨਹੀਂ ਸੋਚਦਾ, ਹਰ ਕੌਮ ਸੋਚਦੀ ਹੈ। ਦੱਖਣ ਵਾਲੇ ਸੋਚਦੇ ਆ, ਬੰਗਾਲੀ ਸੋਚਦੇ ਆ, ਗੁਜਰਾਤੀ ਸੋਚਦੇ ਆ, ਮਰਾਠੇ ਸੋਚਦੇ ਆ। ਅਸੀਂ ਜੇ ਬੋਲਦੇ ਹਾਂ, ਅਸੀਂ ਆਪਣੀ ਗੱਲ ਕਰਦੇ ਹਾਂ, ਆਪਣੇ ਲੋਕਾਂ ਦੀ ਗੱਲ ਕਰਦੇ ਹਾਂ, ਆਪਣੇ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਸਾਡੇ ਮਜ਼ਦੂਰਾਂ ਨੂੰ, ਸਾਡੇ ਲੋਕਾਂ ਨੂੰ ਨੌਕਰੀਆਂ ਮਿਲਣੀਆਂ ਚਾਹੀਦੀਆਂ। ਸਾਨੂੰ ਇਹ ਵੱਖਵਾਦੀ, ਇਹ ਦੇਸ਼ ਤੋੜਨ ਵਾਲੇ, ਦੇਸ਼ ਤੋਂ ਵੀ ਬਹੁਤ ਤਰ੍ਹਾਂ ਦੀਆਂ ਆਈਆਂ ਗੱਲਾਂ ਕਹਿੰਦੇ, ਇਹੀ ਫਰਕ ਆ। ਉਹ ਬੰਦੇ ਜਦੋਂ ਬੋਲਦੇ ਆ ਆਪਣੇ ਹੱਕਾਂ ਲਈ, ਉੱਥੇ ਉਹਨਾਂ ਨੂੰ ਕੋਈ ਕੁਛ ਨਹੀਂ ਬੋਲਦਾ। ਅਸੀਂ ਬੋਲਦੇ ਹਾਂ, ਸਾਨੂੰ ਨਾਲ ਦੀ ਨਾਲ ਕੋਈ ਨਾ ਕੋਈ ਫਤਵਾ ਦੇਖੋ ਇਹਦਾ ਦੇ ਦਿੱਤਾ ਜਾਂਦਾ। ਪਰ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਕੋਈ ਬੰਦਾ ਜਿਹੜਾ, ਮੰਨ ਲਓ ਜੀ ਮੇਰੇ ਕੋਲ ਕੁਛ ਹੈ ਹੀ ਨਹੀਂ, ਮੇਰੇ ਆਪਦੇ ਰਹਿਣ ਨੂੰ ਘਰ ਨਹੀਂ, ਕਮਰਾ ਨਹੀਂ, ਤਾਂ ਮੈਂ ਕਿਸੇ ਨੂੰ ਹੋਰ ਬਿਠਾ ਕੇ ਆਪ ਨਿਕਲ ਜਾਂ ਕਰੋ। ਫਿਰ ਪੰਜਾਬ ਦੇ ਨਾਲ ਬਹੁਤ ਵੱਡੇ ਵੱਡੇ ਧੋਖੇ ਹੋਏ, ਜਦੋਂ ਕਿ ਪੰਜਾਬ ਦੇ ਨਾਲ ਸਾਡੇ ਨਾਲ ਬਹੁਤ ਵੱਡੇ ਵੱਡੇ ਵਾਅਦੇ ਹੋਏ ਕਿ ਤੁਸੀਂ ਇੱਥੇ ਪੂਰਾ ਨਿੱਘ ਮਾਣੋ, ਤੁਹਾਨੂੰ ਪੂਰੀ ਤਰ੍ਹਾਂ ਸਾਰੇ ਨਾਲ ਸਹੂਲਤਾਂ, ਸਾਡੇ ਹੱਕ, ਸਾਡੇ ਹੱਕ ਸਾਡੇ ਕਿਹੜੇ ਆ, ਪਾਣੀ ਸਾਡੇ ਕੋਲ, ਡੈਮ ਸਾਡੇ ਕੋਲ, ਰਾਜਧਾਨੀ ਸਾਡੀ ਕੋਲ, ਕਾਣ ਸਾਡਾ ਕਰੀ ਜਾਂਦੇ ਆ। ਇਹ ਮਸਲਿਆਂ ਨੂੰ ਲੈ ਕੇ ਅਸੀਂ ਤੁਹਾਡੇ ਕੋਲ ਆਏ ਹਾਂ। ਪੰਜਾਬ ਦੇ ਲੋਕੋ, ਮੈਂ ਫਿਰ ਅਕੀਫਤੀ ਅਪੀਲ ਕਰਦਾ ਸਰੂਰ ਸਾਹਿਬ ਤੋਂ, ਭਾਈ ਮਹਿਪਾਲ ਸਿੰਘ ਸਰੂਰ ਤੋਂ, ਸਰਦਾਰ ਸਰਜੀਤ ਸਲਮਾਨ ਫਰੀਦਕੋਟ ਤੋਂ, ਸਰਦਾਰ ਸਰਜੀਤ ਸਿੰਘ ਅਤੇ ਬਠਿੰਡੇ ਤੋਂ, ਤੁਹਾਨੂੰ ਪਤਾ ਹੀ ਹੈ। ਸੋ ਇਹ ਸਾਰੀਆਂ ਸ਼ਿਫਟਾਂ ਦੇ ਉੱਤੇ ਪੰਜਾਬ ਦੇ ਵਿੱਚੋਂ ਪੰਜਾਬ ਦਰ ਦੀ, ਕੌਮ ਦਰ ਦੀ ਬੰਦੇ ਜਿੱਤ ਕੇ ਜਾਣੇ ਚਾਹੀਦੇ, ਜਿਹੜੇ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੱਕ ਠੋਕ ਕੇ ਤੁਹਾਡੇ ਹੱਕਾਂ ਦੀ ਗੱਲ ਕਰਨ। ਮਗਰੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ। ਇੱਥੇ ਜਦੋਂ ਮੌਕਾ ਆਉਂਦਾ ਉਦੋਂ ਆਪਾਂ ਪਾਰਟੀਆਂ ਨਾਲ ਚੜ੍ਹ ਜਾਂਦੇ ਹਾਂ, ਨਗਰਾਂ ਨਾਲ ਚੜ੍ਹ ਜਾਂਦੇ ਹਾਂ, ਮਗਰੋਂ ਪਛਤਾਉਂਦੇ ਹੁੰਦੇ ਹਾਂ ਵੀ ਯਾਰ ਇਹ ਬੰਦਾ ਗਲਤ ਹਰਾ ਲਿਆ, ਇਹ ਬੰਦੇ ਲੜਨ ਵਾਲੇ ਸੀ, ਇਹ ਬੰਦੇ ਸੰਘਰਸ਼ ਕਰਨ ਵਾਲੇ ਸੀ, ਇਹ ਬੰਦੇ ਬੋਲਣ ਵਾਲੇ। ਤੁਹਾਨੂੰ ਸਰਵਾਂ ਹੱਥ ਬੰਨ ਕੇ ਬੇਨਤੀ ਹੈ, ਬਹੁਤ ਸੋਹਣਾ ਮਾਹੌਲ, ਪੂਰਾ ਵਧੀਆ ਮਾਹੌਲ। ਪਰਸੋਂ ਲੰਬੀ ਚ ਗਏ ਹਾਂ, ਮੈਂ ਕਹਿੰਦਾ ਬਹਿਜਾ ਬਹਿਜਾ ਹੋਈ ਪਈ, ਮਤਲਬ ਕਿ ਇੰਨਾ ਹੰਗਾਰਾ ਮਿਲਿਆ, ਇੰਨਾ ਪਿਆਰ ਮੁਹੱਬਤ। ਰਾਤ ਨੂੰ 1-2-3 ਵਜੇ ਤੱਕ ਵੀ ਲੋਕ ਉਡੀਕੀ ਗਏ ਬਾਹਰ, ਘਰਾਂ ਨਿਕਲ ਕੇ ਸੜਕਾਂ ਤੇ ਕਰਦੇ। ਬਿਲਕੁਲ ਹੁਣ ਆਪਾਂ ਅਖੀਰ ਤੇ ਆਏ ਖੜੇ ਹਾਂ, ਚੰਦ ਘੰਟੇ ਬਚੇ ਆ। ਜ਼ੋਰ ਲਾ ਦੋ ਮੇਰਾ ਵੀਰ ਪੂਰਾ, ਕਿਸੇ ਪ੍ਰਕਾਰ ਦੀ ਕੋਈ ਦਿੱਕਤ ਆਉਂਦੀ ਹੈ ਕਿਸੇ ਨੂੰ, ਕਿਸੇ ਪਿੰਡ ਦੇ ਵਿੱਚ ਕਿਸੇ ਬੂਥ ਦੇ ਉੱਤੇ, ਤੁਹਾਡੇ ਕੋਲ ਨੰਬਰ ਹੈਗੇ ਆ, ਨਾਲ ਦੀ ਨਾਲ ਸੰਪਰਕ ਕਰ ਲਿਓ, ਆਉਣਗੀਆਂ ਨਾਲ ਦੀ ਤੁਹਾਡੇ ਕੋਲ ਪਹੁੰਚ ਜਾਣਗੀਆਂ। ਨਿਸ਼ਾਨ ਬਾਲਕੀ ਆਪਣਾ 2 ਬਾਹਰ ਦੀਆਂ ਟਾਂਕੇ ਰੱਖਣੀਆਂ ਉਹਦੇ ਉੱਤੇ, ਆਪਣੇ ਬੂਥ ਦੇ ਉੱਤੇ। ਜੇ ਜਿਹੜਾ ਵੀ ਕੋਈ ਉੱਥੇ ਬਜ਼ੁਰਗ, ਮਾਂ ਭੈਣ ਕੋਈ ਵੋਟ ਪਾਉਣ ਜਾਂਦਾ, ਉਹਨੂੰ ਦੱਸ ਦਿਓ, ਦਿਖਾ ਦਿਆ ਕਰੋ, ਹਰ ਬੰਦੇ ਦਾ ਫਰਜ਼ ਬਣਦਾ ਭਾਈ ਆਹ 10ਵੇਂ ਨੰਬਰ ਤੇ ਆਪਣਾ ਚੋਣ ਨਿਸ਼ਾਨ ਚੜ੍ਹ ਦਿਓ, ਜੋ ਦਿਓ ਜਿੱਤ ਬਿਲਕੁਲ ਜ਼ਰੂਰੀ। ਵਾਹਿਗੁਰੂ ਖਾਲਸਾ।